ਟਰਬਨ ਬਾਰੇ ਤੁਹਾਡਾ ਕੀ ਵਿਊ ਪੁਆਇੰਟ ਹੈ? ਸੋ ਮੈਨੂੰ ਇੱਕ ਗੱਲ ਅੱਛੀ ਲੱਗਦੀ ਹੈ, ਪਾਪਾ ਜਾਂ ਮੰਮਾ ਸਾਨੂੰ ਫੋਰਸ ਨਹੀਂ ਕਰਦੇ ਵਾਲ ਰੱਖਣੇ, ਬਟ ਸਾਡੀ ਚੋਇਸ ਹੈ। ਬਿਕੋਜ਼ ਜਦ ਅਸੀਂ ਵੱਡੇ ਹੋਏ ਹਾਂ, ਮੰਮਾ ਰੈਗੂਲਰਲੀ ਗੁਰਦੁਆਰਾ ਲੈ ਕੇ ਜਾਂਦੇ ਸੀਗੇ, ਸੋ ਆਈ ਫੀਲ ਮੈਨੂੰ ਬਾਬਾ ਜੀ ਨਾਲ ਸਟਰੋਂਗ ਕਨੈਕਸ਼ਨ ਹੈ। ਸੋ ਹਾਂ, ਮੈਨੂੰ ਅੱਛਾ ਲੱਗਦਾ ਪੱਗ ਬੰਨਣੀ। ਸੋ ਜਦੋਂ ਮੈਂ ਵਾਲ ਕਟਾਏ ਸੀ, ਮੇਰੇ ਪੇਰੈਂਟਸ ਉਦੋਂ ਅਗੇਂਸਟ ਸੀਗੇ, ਹੈ ਨਾ, ਅਤੇ ਚਾਹੁੰਦੇ ਨਹੀਂ ਸੀਗੇ। ਮੇਰੇ ਬ੍ਰਦਰ ਨੇ ਕਟਾਤੇ ਸੀਗੇ, ਉਹ ਇੱਥੇ ਰਹਿੰਦੇ ਸੀਗੇ ਉਸ ਟਾਈਮ। ਬਹੁਤ ਸਰਦਾਰ ਮੁੰਡਿਆਂ ਨੂੰ ਕਈ ਟਰਬਲਾਂ ਸੀਗੀਆਂ 84 ਤੋਂ ਬਾਅਦ, ਜਦੋਂ ਇੱਕ ਦੌਰ ਚੱਲਿਆ ਐਸਾ, ਕਦੇ ਕਿਸੇ ਨੂੰ ਚੱਕ ਲਿਆ, ਕਦੇ ਕਿਸੇ ਨੂੰ ਚੱਕ ਲਿਆ। ਵੱਡੇ ਭਰਾ ਨੇ ਕਟਾਤੇ ਅਤੇ ਮੈਂ ਉਹਨਾਂ ਨੂੰ ਦੇਖ ਕੇ ਕਟਾ ਲਏ, ਜਦਕਿ ਮੈਨੂੰ ਤਾਂ ਕੋਈ ਪ੍ਰੋਬਲਮ ਵੀ ਨਹੀਂ ਸੀ, ਹੈ ਨਾ, ਉਹ ਇੱਦਾਂ ਹੀ ਚੱਲਦਾ ਰਿਹਾ, ਹੈ ਨਾ। ਸੋ ਮੈਨੂੰ ਐਂ ਹੋਇਆ ਕਿ ਯਾਰ, ਜਦੋਂ ਬੱਚੇ ਹੋਏ, ਹੈ ਨਾ, ਛੋਟੇ ਛੋਟੇ, ਅਤੇ ਇਹਨਾਂ ਦੇ, ਅਤੇ ਮੈਨੂੰ ਸੀਗਾ ਕਿ ਯਾਰ ਇਹਨਾਂ ਦੇ ਜੂੜੇ ਰੱਖੇ ਜਾਣ, ਹੈ ਨਾ। ਮੈਂ ਕਿਹਾ ਜਦੋਂ ਇਹਨਾਂ ਦੀ ਆਪਣੀ ਮਰਜ਼ੀ ਹੋਊ, ਆਪਣੀ ਸੋਝੀ ਹੋਊ, ਉਦੋਂ ਇਹਨਾਂ ਦੀ ਇੱਛਾ, ਕਿਉਂਕਿ ਜਦੋਂ ਮੇਰੀ ਸੋਝੀ ਆਈ ਤਾਂ ਮੈਂ ਆਪ ਕਟਾਤੇ, ਹੈ ਨਾ। ਪੇਰੈਂਟਸ ਨੇ ਤਾਂ ਮੇਰੇ ਨੇ ਵੀ ਰੱਖੇ ਹੋਏ ਸੀਗੇ ਮੇਰੇ, ਹੈ ਨਾ। ਰੀਪ੍ਰਜੈਂਟ ਹੁੰਦੀਆਂ ਚੀਜ਼ਾਂ ਤਾਂ ਇਹ ਵਧੀਆ ਚੀਜ਼ਾਂ ਨੇ, ਔਰ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਨੇ। ਮੈਂ ਤਾਂ ਖੁਦ ਇਸ ਚੀਜ਼ ਨੂੰ ਬਹੁਤ ਐਗਰੀ ਕਰਦਾ ਵਾਂ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਦੇਖ ਕੇ। ਟਰਬਨ ਬਾਰੇ ਤੁਹਾਡਾ ਕੀ ਵਿਊ ਪੁਆਇੰਟ ਹੈ? ਸੋ ਮੈਨੂੰ ਇੱਕ ਗੱਲ ਅੱਛੀ ਲੱਗਦੀ ਹੈ, ਪਾਪਾ ਜਾਂ ਮੰਮਾ ਸਾਨੂੰ ਫੋਰਸ ਨਹੀਂ ਕਰਦੇ ਵਾਲ ਰੱਖਣੇ, ਬਟ ਸਾਡੀ ਚੋਇਸ ਹੈ। ਬਿਕੋਜ਼ ਜਦ ਅਸੀਂ ਵੱਡੇ ਹੋਏ ਹਾਂ, ਮੰਮਾ ਰੈਗੂਲਰਲੀ ਗੁਰਦੁਆਰਾ ਲੈ ਕੇ ਜਾਂਦੇ ਸੀਗੇ, ਸੋ ਆਈ ਫੀਲ ਮੈਨੂੰ ਬਾਬਾ ਜੀ ਨਾਲ ਸਟਰੋਂਗ ਕਨੈਕਸ਼ਨ ਹੈ। ਸੋ ਹਾਂ, ਮੈਨੂੰ ਅੱਛਾ ਲੱਗਦਾ ਪੱਗ ਬੰਨਣੀ। ਸੋ ਜਦੋਂ ਮੈਂ ਵਾਲ ਕਟਾਏ ਸੀ, ਮੇਰੇ ਪੇਰੈਂਟਸ ਉਦੋਂ ਅਗੇਂਸਟ ਸੀਗੇ, ਹੈ ਨਾ, ਅਤੇ ਚਾਹੁੰਦੇ ਨਹੀਂ ਸੀਗੇ। ਮੇਰੇ ਬ੍ਰਦਰ ਨੇ ਕਟਾਤੇ ਸੀਗੇ, ਉਹ ਇੱਥੇ ਰਹਿੰਦੇ ਸੀਗੇ ਉਸ ਟਾਈਮ। ਬਹੁਤ ਸਰਦਾਰ ਮੁੰਡਿਆਂ ਨੂੰ ਕਈ ਟਰਬਲਾਂ ਸੀਗੀਆਂ 84 ਤੋਂ ਬਾਅਦ, ਜਦੋਂ ਇੱਕ ਦੌਰ ਚੱਲਿਆ ਐਸਾ, ਕਦੇ ਕਿਸੇ ਨੂੰ ਚੱਕ ਲਿਆ, ਕਦੇ ਕਿਸੇ ਨੂੰ ਚੱਕ ਲਿਆ। ਵੱਡੇ ਭਰਾ ਨੇ ਕਟਾਤੇ ਅਤੇ ਮੈਂ ਉਹਨਾਂ ਨੂੰ ਦੇਖ ਕੇ ਕਟਾ ਲਏ, ਜਦਕਿ ਮੈਨੂੰ ਤਾਂ ਕੋਈ ਪ੍ਰੋਬਲਮ ਵੀ ਨਹੀਂ ਸੀ, ਹੈ ਨਾ, ਉਹ ਇੱਦਾਂ ਹੀ ਚੱਲਦਾ ਰਿਹਾ, ਹੈ ਨਾ। ਸੋ ਮੈਨੂੰ ਐਂ ਹੋਇਆ ਕਿ ਯਾਰ, ਜਦੋਂ ਬੱਚੇ ਹੋਏ, ਹੈ ਨਾ, ਛੋਟੇ ਛੋਟੇ, ਅਤੇ ਇਹਨਾਂ ਦੇ, ਅਤੇ ਮੈਨੂੰ ਸੀਗਾ ਕਿ ਯਾਰ ਇਹਨਾਂ ਦੇ ਜੂੜੇ ਰੱਖੇ ਜਾਣ, ਹੈ ਨਾ। ਮੈਂ ਕਿਹਾ ਜਦੋਂ ਇਹਨਾਂ ਦੀ ਆਪਣੀ ਮਰਜ਼ੀ ਹੋਊ, ਆਪਣੀ ਸੋਝੀ ਹੋਊ, ਉਦੋਂ ਇਹਨਾਂ ਦੀ ਇੱਛਾ, ਕਿਉਂਕਿ ਜਦੋਂ ਮੇਰੀ ਸੋਝੀ ਆਈ ਤਾਂ ਮੈਂ ਆਪ ਕਟਾਤੇ, ਹੈ ਨਾ। ਪੇਰੈਂਟਸ ਨੇ ਤਾਂ ਮੇਰੇ ਨੇ ਵੀ ਰੱਖੇ ਹੋਏ ਸੀਗੇ ਮੇਰੇ, ਹੈ ਨਾ। ਰੀਪ੍ਰਜੈਂਟ ਹੁੰਦੀਆਂ ਚੀਜ਼ਾਂ ਤਾਂ ਇਹ ਵਧੀਆ ਚੀਜ਼ਾਂ ਨੇ, ਔਰ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਨੇ। ਮੈਂ ਤਾਂ ਖੁਦ ਇਸ ਚੀਜ਼ ਨੂੰ ਬਹੁਤ ਐਗਰੀ ਕਰਦਾ ਵਾਂ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਦੇਖ ਕੇ। ਟਰਬਨ ਬਾਰੇ ਤੁਹਾਡਾ ਕੀ ਵਿਊ ਪੁਆਇੰਟ ਹੈ? ਸੋ ਮੈਨੂੰ ਇੱਕ ਗੱਲ ਅੱਛੀ ਲੱਗਦੀ ਹੈ, ਪਾਪਾ ਜਾਂ ਮੰਮਾ ਸਾਨੂੰ ਫੋਰਸ ਨਹੀਂ ਕਰਦੇ ਵਾਲ ਰੱਖਣੇ, ਬਟ ਸਾਡੀ ਚੋਇਸ ਹੈ। ਬਿਕੋਜ਼ ਜਦ ਅਸੀਂ ਵੱਡੇ ਹੋਏ ਹਾਂ, ਮੰਮਾ ਰੈਗੂਲਰਲੀ ਗੁਰਦੁਆਰਾ ਲੈ ਕੇ ਜਾਂਦੇ ਸੀਗੇ, ਸੋ ਆਈ ਫੀਲ ਮੈਨੂੰ ਬਾਬਾ ਜੀ ਨਾਲ ਸਟਰੋਂਗ ਕਨੈਕਸ਼ਨ ਹੈ। ਸੋ ਹਾਂ, ਮੈਨੂੰ ਅੱਛਾ ਲੱਗਦਾ ਪੱਗ ਬੰਨਣੀ। ਸੋ ਜਦੋਂ ਮੈਂ ਵਾਲ ਕਟਾਏ ਸੀ, ਮੇਰੇ ਪੇਰੈਂਟਸ ਉਦੋਂ ਅਗੇਂਸਟ ਸੀਗੇ, ਹੈ ਨਾ, ਅਤੇ ਚਾਹੁੰਦੇ ਨਹੀਂ ਸੀਗੇ। ਮੇਰੇ ਬ੍ਰਦਰ ਨੇ ਕਟਾਤੇ ਸੀਗੇ, ਉਹ ਇੱਥੇ ਰਹਿੰਦੇ ਸੀਗੇ ਉਸ ਟਾਈਮ। ਬਹੁਤ ਸਰਦਾਰ ਮੁੰਡਿਆਂ ਨੂੰ ਕਈ ਟਰਬਲਾਂ ਸੀਗੀਆਂ 84 ਤੋਂ ਬਾਅਦ, ਜਦੋਂ ਇੱਕ ਦੌਰ ਚੱਲਿਆ ਐਸਾ, ਕਦੇ ਕਿਸੇ ਨੂੰ ਚੱਕ ਲਿਆ, ਕਦੇ ਕਿਸੇ ਨੂੰ ਚੱਕ ਲਿਆ। ਵੱਡੇ ਭਰਾ ਨੇ ਕਟਾਤੇ ਅਤੇ ਮੈਂ ਉਹਨਾਂ ਨੂੰ ਦੇਖ ਕੇ ਕਟਾ ਲਏ, ਜਦਕਿ ਮੈਨੂੰ ਤਾਂ ਕੋਈ ਪ੍ਰੋਬਲਮ ਵੀ ਨਹੀਂ ਸੀ, ਹੈ ਨਾ, ਉਹ ਇੱਦਾਂ ਹੀ ਚੱਲਦਾ ਰਿਹਾ, ਹੈ ਨਾ। ਸੋ ਮੈਨੂੰ ਐਂ ਹੋਇਆ ਕਿ ਯਾਰ, ਜਦੋਂ ਬੱਚੇ ਹੋਏ, ਹੈ ਨਾ, ਛੋਟੇ ਛੋਟੇ, ਅਤੇ ਇਹਨਾਂ ਦੇ, ਅਤੇ ਮੈਨੂੰ ਸੀਗਾ ਕਿ ਯਾਰ ਇਹਨਾਂ ਦੇ ਜੂੜੇ ਰੱਖੇ ਜਾਣ, ਹੈ ਨਾ। ਮੈਂ ਕਿਹਾ ਜਦੋਂ ਇਹਨਾਂ ਦੀ ਆਪਣੀ ਮਰਜ਼ੀ ਹੋਊ, ਆਪਣੀ ਸੋਝੀ ਹੋਊ, ਉਦੋਂ ਇਹਨਾਂ ਦੀ ਇੱਛਾ, ਕਿਉਂਕਿ ਜਦੋਂ ਮੇਰੀ ਸੋਝੀ ਆਈ ਤਾਂ ਮੈਂ ਆਪ ਕਟਾਤੇ, ਹੈ ਨਾ। ਪੇਰੈਂਟਸ ਨੇ ਤਾਂ ਮੇਰੇ ਨੇ ਵੀ ਰੱਖੇ ਹੋਏ ਸੀਗੇ ਮੇਰੇ, ਹੈ ਨਾ। ਰੀਪ੍ਰਜੈਂਟ ਹੁੰਦੀਆਂ ਚੀਜ਼ਾਂ ਤਾਂ ਇਹ ਵਧੀਆ ਚੀਜ਼ਾਂ ਨੇ, ਔਰ ਆਪਾਂ ਨੂੰ ਰੱਖਣੀਆਂ ਚਾਹੀਦੀਆਂ ਨੇ। ਮੈਂ ਤਾਂ ਖੁਦ ਇਸ ਚੀਜ਼ ਨੂੰ ਬਹੁਤ ਐਗਰੀ ਕਰਦਾ ਵਾਂ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਦੇਖ ਕੇ।